ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ, ਜਿਹਨੂੰ ਬਿੱਗ ਬ੍ਰੇਕਿੰਗ ਨਿਊਜ਼ ਕਹਿੰਦੇ ਆ। 4 ਦਿਨਾਂ 'ਚ ਜਲੰਧਰ ਲਈ ਫਗਵਾੜਾ ਗੇਟ ਮਾਰਕੀਟ ਸਮੇਤ ਬੰਦ ਰਹਿਣਗੀਆਂ ਇਹ ਦੁਕਾਨਾਂ। ਜਲੰਧਰ ਸ਼ਹਿਰ ਦੀ ਪ੍ਰਮੁੱਖ ਫਗਵਾੜਾ ਗੇਟ ਮਾਰਕੀਟ ਵਿੱਚ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੀ ਸੰਯੁਕਤ ਬੈਠਕ ਪ੍ਰਧਾਨ ਅਮਿਤ ਸਹਿਗਲ, ਬਲਜੀਤ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਈ ਕਿ ਗਰਮੀ ਕਾਰਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਸਮਾਨ ਦੀਆਂ ਸਾਰੀਆਂ ਦੁਕਾਨਾਂ 27 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੀਆਂ। ਸਹਿਗਲ ਅਤੇ ਆਹਲੂਵਾਲੀਆ ਨੇ ਦੱਸਿਆ, ਫਗਵਾੜਾ ਗੇਟ ਵਿੱਚ ਬਿਜਲੀ ਦੇ ਸਮਾਨ, ਪੱਖੇ, ਕੂਲਰ, ਗੀਜ਼ਰ, ਇਨਵੈਟਰ, ਬੈਟਰੀਆਂ, ਏਅਰ ਕੰਡੀਸ਼ਨਰ, LED, LCD, ਫਰਿੱਜ, ਸੋਲਰ ਸਿਸਟਮ, ਪੰਪ ਆਦਿ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹਨਾਂ ਵਿੱਚ ਫਗਵਾੜਾ ਮੇਨ ਗੇਟ ਮਾਰਕੀਟ, ਰੇਲਵੇ ਰੋਡ ਮਾਰਕੀਟ, ਭਗਤ ਸਿੰਘ ਚੌਂਕ ਮਾਰਕੀਟ, ਮਿਲਾਪ ਚੌਂਕ ਮਾਰਕੀਟ, ਲੱਖਕੁਸ਼ ਚੌਂਕ, ਪੰਜ ਪੀਰ ਆਹੂਜਾ ਮਾਰਕੀਟ, ਸ਼ੇਰ ਪੰਜਾਬ ਮਾਰਕੀਟ ਅਤੇ ਜਗਦੰਬੇ ਬਾਜ਼ਾਰ, ਗੁਰੂ ਨਾਨਕ ਮਾਰਕੀਟ, ਸਿੰਧੂ ਮਾਰਕੀਟ, ਕ੍ਰਿਸ਼ਨਾ ਮਾਰਕੀਟ ਅਤੇ ਚਾਹਰ ਬਾਗ, ਪ੍ਰਤਾਪ ਬਾਗ ਮਾਰਕੀਟ ਸ਼ਾਮਲ ਹਨ।